ਤਬਾਹੀ ਦੀਆਂ ਖੌਫਨਾਕ ਤਸਵੀਰਾਂ ਕੇਰਲ ਦੀਆਂ ਨੇ, ਜਿੱਥੇ ਕੇਰਲ ਚ ਭਾਰੀ ਮੀਂਹ ਨੇ ਸਭ ਕੁਝ ਤਬਾਹ ਕਰ ਦਿੱਤਾ ਹੈ। ਸੜਕਾਂ ਦੇ ਉੱਤੋਂ ਠਾਠਾ ਮਾਰਦਾ ਪਾਣੀ ਲੰਘ ਰਿਹਾ ਹੈ। ਘਰਾਂ ਦੇ ਘਰ ਪਾਣੀ ਚ ਡੁੱਬ ਚੁੱਕੇ ਨੇ। ਜਿੱਥੇ ਹੜ੍ਹਾਂ ਕਾਰਨ ਲੋਕ ਬੇਹਾਲ ਹੋਏ ਪਏ ਨੇ, ਤਾਂ ਕਈ ਥਾਵਾਂ ਤੇ ਢਿੱਗਾਂ ਡਿੱਗਣ ਨਾਲ ਜਾਨੀ ਨੁਕਸਾਨ ਵੀ ਹੋਇਆ ਹੈ। ਕਿਤੇ ਲੈਂਡ ਸਲਾਈਡ ਨੇ ਕਈਆਂ ਦੀ ਜਾਨ ਲੈ ਲਈ ਹੈ। ਦੱਸ ਦਈਏ ਕਿ ਇੱਥੇ ਸਭ ਤੋਂ ਵੱਧ ਨੁਕਸਾਨ ਵਾਇਨਾਡ ਦੇ ਵਿੱਚ ਹੋਇਆ ਹੈ, ਜਿੱਥੇ ਵਾਇਨਾਡ ਚ ਹੁਣ ਤੱਕ 156 ਮੌਤਾਂ ਹੋ ਚੁੱਕੀਆਂ ਨੇ। ਕਈ ਲੋਕ ਅਜੇ ਵੀ ਲਾਪਤਾ ਨੇ। ਤਸਵੀਰਾਂ ਦੇਖ ਕੇ ਹੀ ਹਾਲਾਤ ਜ਼ਾਹਰ ਹੋ ਰਹੇ ਨੇ ਕਿ ਪੂਰੇ ਇਲਾਕੇ ਪਾਣੀ ਚ ਡੁੱਬੇ ਹੋਏ ਨੇ ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾਇਆ ਜਾ ਰਿਹਾ ਹੈ। ਗੱਡੀਆਂ ਪਾਣੀ ਚ ਬੰਦ ਪਈਆਂ ਨੇ, ਉਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਤੇ ਹੇਠਾਂ ਲੱਕ ਲੱਕ ਤੱਕ ਪਾਣੀ ਭਰਿਆ ਹੋਇਆ ਹੈ, ਜਿਸ ਨੂੰ ਪਾਰ ਕਰਨਾ ਲੋਕਾਂ ਲਈ ਔਖਾ ਹੋ ਗਿਆ। ਇੱਕ ਪੁਲ ਜੋ ਪ੍ਰਭਾਵਿਤ ਖੇਤਰਾਂ ਨੂੰ ਨੇੜਲੇ ਕਸਬੇ ਚੂਰਾਮਾਲਾ ਨਾਲ ਜੋੜਦਾ ਸੀ, ਉਹ ਵੀ ਇਸ ਪਾਣੀ ਦੇ ਵਿੱਚ ਵਹਿ ਚੁੱਕਿਆ ਹੈ। ਨਦੀਆਂ ਉਫਾਨ ਤੇ ਨੇ, ਜਿਨ੍ਹਾਂ ਦਾ ਪਾਣੀ ਪੁਲ ਤੱਕ ਪਹੁੰਚ ਗਿਆ ਹੈ। ਤਸਵੀਰਾਂ 'ਚ ਦੇਖੋ ਕਿ ਜਿਸ ਪੁਲ ਤੋਂ ਬੱਸ ਗੁਜ਼ਰ ਰਹੀ ਹੈ ਤਾਂ ਆਲੇ ਦੁਆਲੇ ਪਾਣੀ ਕਿਵੇਂ ਠਾਠਾ ਮਾਰ ਰਿਹਾ ਹੈ। ਨਦੀਆਂ ਦਾ ਪਾਣੀ ਓਵਰਫਲੋ ਹੋ ਕੇ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਪਹੁੰਚ ਗਿਆ ਹੈ। ਸੜਕਾਂ ਤੋਂ ਲੰਘਣਾ ਮੁਹਾਲ ਹੋ ਗਿਆ ਹੈ। ਜ਼ਿਆਦਾਤਰ ਇਲਾਕੇ ਇੱਥੇ ਪਾਣੀ 'ਚ ਡੁੱਬ ਚੁੱਕੇ ਨੇ ਤੇ ਲੋਕ ਘਰਾਂ ਦੇ ਅੰਦਰ ਕੈਦ ਹੋ ਗਏ ਨੇ, ਜਿਨ੍ਹਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ। ਘਰਾਂ ਦੇ ਅੱਗੋਂ ਪਾਣੀ ਨਦੀਆਂ ਦੀ ਤਰ੍ਹਾਂ ਵਹਿ ਰਿਹਾ ਹੈ। ਭਾਰਤੀ ਫੌਜ ਮੁਤਾਬਿਕ ਮੈਡੀਕਲ ਟੀਮਾਂ ਸਮੇਤ 225 ਸੈਨਿਕਾਂ ਨੂੰ ਤੈਨਾਤ ਕੀਤਾ ਗਿਆ ਹੈ। ਹਵਾਈ ਸੈਨਾ ਦੇ 2 ਹੈਲੀਕਾਪਟਰ ਹੜ੍ਹਾਂ ਕਾਰਨ ਰਾਹਤ ਕਾਰਜਾਂ ਦੇ ਵਿੱਚ ਲੱਗੇ ਹੋਏ ਨੇ ਤੇ ਉਧਰ NDRF ਦੇ ਜਵਾਨ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ ਤੇ ਪਹੁੰਚਾ ਰਹੇ ਨੇ। ਤਬਾਹੀ ਦੀਆਂ ਖੌਫਨਾਕ ਤਸਵੀਰਾਂ ਕੇਰਲ ਦੀਆਂ ਨੇ, ਜਿੱਥੇ ਕੇਰਲ ਚ ਭਾਰੀ ਮੀਂਹ ਨੇ ਸਭ ਕੁਝ ਤਬਾਹ ਕਰ ਦਿੱਤਾ ਹੈ। ਸੜਕਾਂ ਦੇ ਉੱਤੋਂ ਠਾਠਾ ਮਾਰਦਾ ਪਾਣੀ ਲੰਘ ਰਿਹਾ ਹੈ। ਘਰਾਂ ਦੇ ਘਰ ਪਾਣੀ ਚ ਡੁੱਬ ਚੁੱਕੇ ਨੇ। ਜਿੱਥੇ ਹੜ੍ਹਾਂ ਕਾਰਨ ਲੋਕ ਬੇਹਾਲ ਹੋਏ ਪਏ ਨੇ, ਤਾਂ ਕਈ ਥਾਵਾਂ ਤੇ ਢਿੱਗਾਂ ਡਿੱਗਣ ਨਾਲ ਜਾਨੀ ਨੁਕਸਾਨ ਵੀ ਹੋਇਆ ਹੈ। ਕਿਤੇ ਲੈਂਡ ਸਲਾਈਡ ਨੇ ਕਈਆਂ ਦੀ ਜਾਨ ਲੈ ਲਈ ਹੈ। ਦੱਸ ਦਈਏ ਕਿ ਇੱਥੇ ਸਭ ਤੋਂ ਵੱਧ ਨੁਕਸਾਨ ਵਾਇਨਾਡ ਦੇ ਵਿੱਚ ਹੋਇਆ ਹੈ, ਜਿੱਥੇ ਵਾਇਨਾਡ ਚ ਹੁਣ ਤੱਕ 156 ਮੌਤਾਂ ਹੋ ਚੁੱਕੀਆਂ ਨੇ। ਕਈ ਲੋਕ ਅਜੇ ਵੀ ਲਾਪਤਾ ਨੇ। ਤਸਵੀਰਾਂ ਦੇਖ ਕੇ ਹੀ ਹਾਲਾਤ ਜ਼ਾਹਰ ਹੋ ਰਹੇ ਨੇ ਕਿ ਪੂਰੇ ਇਲਾਕੇ ਪਾਣੀ 'ਚ ਡੁੱਬੇ ਹੋਏ ਨੇ ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾਇਆ ਜਾ ਰਿਹਾ ਹੈ। ਗੱਡੀਆਂ ਪਾਣੀ 'ਚ ਬੰਦ ਪਈਆਂ ਨੇ, ਉਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਤੇ ਹੇਠਾਂ ਲੱਕ ਲੱਕ ਤੱਕ ਪਾਣੀ ਭਰਿਆ ਹੋਇਆ ਹੈ, ਜਿਸ ਨੂੰ ਪਾਰ ਕਰਨਾ ਲੋਕਾਂ ਲਈ ਔਖਾ ਹੋ ਗਿਆ ਹੈ। ਇੱਕ ਪੁਲ ਜੋ ਪ੍ਰਭਾਵਿਤ ਖੇਤਰਾਂ ਨੂੰ ਨੇੜਲੇ ਕਸਬੇ ਚੂਰਾਮਾਲਾ ਨਾਲ ਜੋੜਦਾ ਸੀ, ਉਹ ਵੀ ਇਸ ਪਾਣੀ ਦੇ ਵਿੱਚ ਵਹਿ ਚੁੱਕਿਆ ਹੈ। ਨਦੀਆਂ ਉਫਾਨ ਤੇ ਨੇ, ਜਿਨ੍ਹਾਂ ਦਾ ਪਾਣੀ ਪੁਲ ਤੱਕ ਪਹੁੰਚ ਗਿਆ ਹੈ। ਤਸਵੀਰਾਂ 'ਚ ਦੇਖੋ ਕਿ ਜਿਸ ਪੁਲ ਤੋਂ ਬੱਸ ਗੁਜ਼ਰ ਰਹੀ ਹੈ ਤਾਂ ਆਲੇ ਦੁਆਲੇ ਪਾਣੀ ਕਿਵੇਂ ਠਾਠਾ ਮਾਰ ਰਿਹਾ ਹੈ। ਨਦੀਆਂ ਦਾ ਪਾਣੀ ਓਵਰਫਲੋ ਹੋ ਕੇ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਪਹੁੰਚ ਗਿਆ ਹੈ। ਸੜਕਾਂ ਤੋਂ ਲੰਘਣਾ ਮੁਹਾਲ ਹੋ ਗਿਆ ਹੈ। ਜ਼ਿਆਦਾਤਰ ਇਲਾਕੇ ਇੱਥੇ ਪਾਣੀ 'ਚ ਡੁੱਬ ਚੁੱਕੇ ਨੇ ਤੇ ਲੋਕ ਘਰਾਂ ਦੇ ਅੰਦਰ ਕੈਦ ਹੋ ਗਏ ਨੇ, ਜਿਨ੍ਹਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ। ਘਰਾਂ ਦੇ ਅੱਗੋਂ ਪਾਣੀ ਨਦੀਆਂ ਦੀ ਤਰ੍ਹਾਂ ਵਹਿ ਰਿਹਾ ਹੈ। ਭਾਰਤੀ ਫੌਜ ਮੁਤਾਬਿਕ ਮੈਡੀਕਲ ਟੀਮਾਂ ਸਮੇਤ 225 ਸੈਨਿਕਾਂ ਨੂੰ ਤੈਨਾਤ ਕੀਤਾ ਗਿਆ ਹੈ।
ਹਵਾਈ ਸੈਨਾ ਦੇ ਦੋ ਹੈਲੀਕਾਪਟਰ ਹੜ੍ਹਾਂ ਕਾਰਨ ਰਾਹਤ ਕਾਰਜਾਂ ਦੇ ਵਿੱਚ ਲੱਗੇ ਹੋਏ ਨੇ ਤੇ ਉਧਰ ਐਨਡੀਆਰਐਫ ਦੇ ਜਵਾਨ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ ਤੇ ਪਹੁੰਚਾ ਰਹੇ ਨੇ।